ਤੁਰੋਂ ਲਿਖਿਆ ਅਤੇ ਪੂਰਵ ਲਿਖਿਆ ਕਰਮ ਇਸ ਵਿੱਚ ਕੀ ਅੰਤਰ ਹੈ ਤੁਰ ਦਾ ਮਤਲਬ ਹੈ ਪਰਮਾਤਮਾ ਦਾ ਕਰ ਪੂਰਵ ਦਾ ਲਿਖਿਆ ਜੋ ਅਸੀਂ ਹੁਣ ਤੋਂ 1 ਮਿੰਟ ਪਹਿਲਾਂ ਕੀਤਾ ਉਹ ਪੂਰਵ ਕਰਮ ਹੋ ਗਿਆ ਦੋ ਤਰ੍ਹਾਂ ਦੇ ਲੇਖ ਨੇ ਇੱਕ ਤੁਰੋਂ ਸਾਡੇ ਵਿੱਚ ਪਾ ਦਿੱਤਾ ਗਿਆ ਹੈ ਸੁਭਾਅ ਪਾਇਆ ਗਿਆ ਅਸੀਂ ਉਹ ਹੀ ਕਰ ਸਕਾਂਗੇ ਉਹਦੇ ਤੋਂ ਵੱਧ ਨਹੀਂ ਕਰ ਸਕਦੇ ਬਾਣਾ ਤਾਂ ਹੀ ਕਿਹਾ ਹੈ ਗੁਰੂ ਅੰਗਦ ਦੇਵ ਪਾਤਸ਼ਾਹ ਕਹਿੰਦੇ ਨੇ ਮਨ ਹੱਠ ਤਰਫ ਨਾ ਜਿਪਈ ਜੇ ਬਹੁਤਾ ਕਾਲ ਹੈ ਕੋਈ ਐਸੀ ਥਾਂ ਹੈ ਪ੍ਰਮਾਤਮਾ ਨੇ ਸਾਡੀ ਕਪੈਸਿਟੀ ਭਰ ਦਿੱਤੀ ਸਾਡੇ ਸਰੀਰ ਵਿੱਚ ਇਸੇ ਕਰਕੇ ਗੁਰੂ ਨਾਨਕ ਦੇਵ ਜੀ ਕੋਲ ਕਿੰਨੇ ਸਿੱਖ ਆਏ ਪਰ ਗੁਰਤਾ ਗੱਦੀ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਨੂੰ ਦਿੱਤੀ ਕਿਉਂਕਿ ਉਹਨਾਂ ਦੇ ਅੰਦਰ ਹੀ ਉਹ ਕਪੈਸਿਟੀ ਸੀ ਗੁਰੂ ਜੋਤ ਨੂੰ ਸੰਪਰਕ ਕਰਨ ਦੀ ਸਿੱਖ ਦੁੱਜੇ ਵੀ ਗਲਤ ਨਹੀਂ ਉਹ ਵੀ ਪੂਰੇ ਸਿੱਖ ਨੇ ਬ੍ਰਹਮ ਗਿਆਨੀ ਨੇ ਧੁਰ ਤੋਂ ਹੀ ਕਿਸੇ ਜੀਵਨ ਨੂੰ ਅੰਦਰੋਂ ਘੜ ਕੇ ਪਰਮਾਤਮਾ ਵਖਰੇਵਾ ਕਰਕੇ ਭੇਜਦਾ ਹੈ ਉਹਦੀ ਇਹ ਵਿਸ਼ੇਸ਼ਤਾ ਹੈ ਵਖਰੇ ਵਖਰੇ ਆਦਮੀ ਵਖਰੇ ਸਰੀਰ ਭੇਜਦਾ ਤਾਂ ਇੱਕ ਧੁਰ ਦਾ ਕਰਮ ਹੈ ਅੱਗੋਂ ਫਿਰ ਜਿਵੇਂ ਜਿਵੇਂ ਦੀ ਸੰਗਤ ਮਿਲਦੀ ਉਸ ਤਰ੍ਹਾਂ ਦੇ ਅਸੀਂ ਕਰਮ ਕਰਨ ਲੱਗ ਪਏ ਉਹਨਾਂ ਨੂੰ ਕਹਿੰਦੇ ਨੇ ਪੂਰਬਲਾ ਕਰਮ ਉਹ ਪੂਰਬਲਾ ਹੋ ਜਾਂਦਾ ਹੈ ਉਹਦਾ ਫਿਰ ਉਹ ਕੱਟ ਵੀ ਸਕਦਾ ਜਾਂ ਉਨੂੰ ਅਸੀਂ ਬਦਲ ਗੁਰੂ ਕੀ ਸੰਗਤ ਦੁਆਰਾ ਬਦਲ ਸਕਨੇ ਆ ਕਰਮ ਵੀ ਬਦਲ ਸਕਦੇ ਨੇ ਵਿਚਾਰ ਵੀ ਬਦਲ ਸਕਦੇ ਨੇ ਬਦਲ ਸਕਦਾ ਕਿਉਂਕਿ ਗੁਰੂ ਦਾ ਕੰਮ ਹੈ ਤਬਦੀਲੀ ਕਰਨੀ ਵਿਚਾਰ ਬਦਲੇ ਜਾ ਸਕਦੇ ਨੇ ਵਿਚਾਰ ਬਦਲੇ ਤੁਸੀਂ ਵੇਖੋ ਕੌੜੇ ਰਕਸ਼ਸ ਦਾ ਕੀ ਬਦਲਿਆ ਕਰਮ ਬਦਲ ਗਿਆ ਵਿਚਾਰ ਬਦਲੇ ਆਦਮੀ ਤੇ ਸਰੀਰ ਉਹੀ ਰਿਹਾ ਸੀ ਇਸ ਕਰਕੇ ਪੂਰਬਲਾ ਕਰਮ ਜ਼ਰੂਰ ਹੁੰਦਾ ਹੈ ਪਰ ਸਿੱਖ ਆਪਣੀ ਕਿਸਮਤ ਨੂੰ ਲੈ ਕੇ ਝੁਰੇ ਨਾ ਉਹਦਾ ਗੁਰੂ ਸਮਰੱਥ ਹੈ ਤੇ ਉਹ ਤੁਰ ਦੇ ਕਰਮ ਦੇ ਨਾਲ ਜੁੜੇ ਤੁਰਦਾ ਕਰਮ ਪਰਮਾਤਮਾ ਨੇ ਅੰਦਰ ਪਾਇਆ ਨਾਮ ਜਪਣਾ ਉਹਦੇ ਨਾਲ ਜੁੜੇ ਧਰਮ ਦੀ ਕਿਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਸ਼ੁਭ ਜੀਵਨ ਜਿਉਣਾ ਇਹ ਜਾਜ ਸਤਿਗੁਰੂ ਜੀ ਨੇ ਦੱਸੀ ਹੈ